ਹਿਮਾਚਲ ਤੋਂ ਚੰਡੀਗੜ੍ਹ ਆਉਣ ਵਾਲਿਆਂ ਲਈ ਇੱਕ ਰਾਹਤ ਭਰੀ ਖਬਰ ਹੈ ਕਿ ਨੰਗਲ ਵਾਸੀਆਂ ਨੂੰ ਹੁਣ ਰਾਹਤ ਕਿਸ ਤਰੀਕੇ ਨਾਲ ਦਿੱਤੀ ਗਈ ਹੈ। ਦਰਅਸਲ ਨੰਗਲ ਫਲਾਈਓਵਰ ਦਾ ਦੂਜਾ ਪਾਸਾ ਆਵਾਜਾਈ ਦੇ ਲਈ ਪੂਰਨ ਤਰੀਕੇ ਨਾਲ ਖੋਲ੍ਹ ਦਿੱਤਾ ਗਿਆ। ਦੱਸਣਾ ਜ਼ਰੂਰੀ ਹੈ ਕਿ ਫਲਾਈਓਵਰ ਕੰਸਟਰਕਸ਼ਨ ਅਧੀਨ ਸੀ ਤਾਂ ਸ਼ੁਰੂ ਕੀਤਾ ਗਿਆ, ਦੂਸਰਾ ਪਾਸਾ ਸ਼ੁਰੂ ਕਰਵਾਇਆ ਗਿਆ ਤਾਂ 2018 ਦੇ ਵਿੱਚ ਇਸ ਦਾ ਕੰਮ ਸ਼ੁਰੂ ਹੋਇਆ ਸੀ, 2020 ਦੇ ਵਿੱਚ ਮੁਕੰਮਲ ਹੋ ਜਾਣਾ ਸੀ ਪਰ ਵਿਭਾਗੀ ਮਨਜ਼ੂਰੀਆਂ ਨਾ ਮਿਲਣ ਕਰਕੇ ਕੰਮ 'ਚ ਡਿਲੇ ਹੋਇਆ। ਅਸੀਂ ਆਪਣਾ ਕਰਮ ਅਤੇ ਧਰਮ ਨਿਭਾ ਦਿੱਤਾ, ਦੋਨੋਂ ਪਾਸੇ ਐਨ ਤਿਆਰ ਨੇ ਅਤੇ ਹੁਣ ਮੈਂ ਇਹੀ ਕਹਿੰਦਾ ਕਿ ਜੀ ਜਿਹਨੂੰ ਵੀ ਬੁਲਾਉਣਾ ਚਾਹੁੰਦੇ ਨੇ ਮੋਦੀ ਸਾਹਿਬ ਆਉਣ ਬਹੁਤ ਸਵਾਗਤ ਹੈ, ਗਡਕਰੀ ਸਾਹਿਬ ਉਹਨਾਂ ਦਾ ਸਵਾਗਤ ਹੈ, ਕਿਉਂਕਿ ਅਗਰ ਕੋਈ ਵੀ ਪ੍ਰਧਾਨ ਮੰਤਰੀ ਆਉਂਦੇ ਨੇ ਯੂਨੀਅਨ ਮਿਨਿਸਟਰ ਆਉਂਦੇ ਨੇ, ਅਸੀਂ ਨੰਗਲ ਦੇ ਜਿਹੜੇ ਬਾਕੀ ਮਸਲੇ ਨੇ ਆਪਣੇ ਹਲਕੇ ਦੇ ਬਾਕੀ ਮਸਲੇ ਸਾਡੇ ਲਈ ਤਾਂ ਮੇਰੀ ਤਾਂ ਖੁਸ਼ੀ ਵਾਲੀ ਗੱਲ ਮੈਂ ਚੱਕੂੰਗਾ। ਨੰਗਲ ਦਾ ਬਹੁ ਕਰੋੜੀ ਫਲਾਈਓਵਰ ਜਿਹੜਾ ਕਿ ਅਕਸਰ ਮੀਡੀਆ ਦੀਆਂ ਸੁਰਖੀਆਂ ਬਣਿਆ ਰਹਿੰਦਾ ਸੀ, ਇਹ ਫਲਾਈਓਵਰ 2018 ਦੇ ਵਿੱਚ ਬਣਨਾ ਸ਼ੁਰੂ ਹੋਇਆ ਸੀ ਅਤੇ 2020 ਦੇ ਵਿੱਚ ਮੁਕੰਮਲ ਹੋਣਾ ਸੀ, ਸੋ 2024 ਦੇ ਵਿੱਚ ਮੁਕੰਮਲ ਹੋਇਆ ਤਾਂ ਵੀ ਲੋਕਾਂ ਨੇ ਸੁੱਖ ਦਾ ਸਾਹ ਜਿਹੜਾ ਲਿਆ ਹੈ। ਤਸਵੀਰਾਂ ਤੁਹਾਨੂੰ ਦਿਖਾਉਂਦੇ ਕਿ ਨੰਗਲ ਫਲਾਈਓਵਰ ਦਾ ਇੱਕ ਪਾਸਾ ਜਿਹੜਾ ਕੁਝ ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਅੱਜ ਲੋਕਾਂ ਨੂੰ ਹੋਰ ਬਹੁਤ ਵੱਡੀ ਰਾਹਤ ਮਿਲੀ ਹੈ। ਨੰਗਲ ਫਲਾਈਓਵਰ ਦਾ ਦੂਸਰਾ ਪਾਸਾ ਵੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ, ਜਿਸ ਤਰੀਕੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਨੰਗਲ ਫਲਾਈਓਵਰ ਦਾ ਦੂਸਰਾ ਪਾਸਾ ਸ਼ੁਰੂ ਹੋਣ ਤੋਂ ਬਾਅਦ ਜਿਹੜੀਆਂ ਗੱਡੀਆਂ ਨੇ ਆਵਾਜਾਈ ਜਿਹੜੀ ਹੈ ਉਹਦੇ 'ਤੇ ਸ਼ੁਰੂ ਹੋ ਚੁੱਕੀ ਹੈ। ਬਹੁਤ ਵੱਡੀ ਰਾਹ ਜਿਹੜੀ ਹੈ, ਚਾਹੇ ਸਥਾਨਕ ਲੋਕ ਹੋਣ ਚਾਹੇ ਇਸ ਚੰਡੀਗੜ੍ਹ ਉਨਾ ਹਾਈਵੇ 'ਤੇ ਸਫ਼ਰ ਕਰਨ ਵਾਲੇ ਲੋਕ ਹੋਣ, ਬਹੁਤ ਵੱਡੀ ਰਾਹ ਜਿਹੜੀ ਹੈ ਲੋਕਾਂ ਨੂੰ ਮਿਲੀ ਹੈ। ਸੋ ਸਥਾਨਕ ਵਾਸੀਆਂ ਨੇ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ ਕਿ ਜਿਹੜੀ ਬਹੁਤ ਵੱਡੀ ਸੁਗਾਤ ਜਿਹੜੀ ਹੈ ਸਥਾਨਕ ਵਾਸੀਆਂ ਨੂੰ ਮਿਲੀ ਹੈ, ਹਾਈਵੇ 'ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਮਿਲੀ ਹੈ, ਕਿਉਂਕਿ ਕੁਝ ਮਹੀਨੇ ਪਹਿਲਾਂ, ਤੁਹਾਨੂੰ ਫਿਰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਇਸ ਫਲਾਈਓਵਰ ਦੀ ਇੱਕ ਸਾਈਡ ਜਿਹੜੀ ਹੈ ਕੁਝ ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਅੱਜ ਜਿਹੜੀ ਫਲਾਈਓਵਰ ਦੀ ਦੂਸਰੀ ਸਾਈਡ ਸ਼ੁਰੂ ਕਰ ਦਿੱਤੀ ਗਈ ਹੈ। ਸੋ ਬਹੁਤ ਵੱਡੀ ਲੋਕਾਂ ਨੂੰ ਸੁਗਾਤ ਮਿਲੀ ਹੈ, ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਵਿਮਲ ਕੁਮਾਰ, ਜ਼ੀ ਮੀਡੀਆ, ਨੰਗਲ।